ਕਿ ਤੁਹਾਡੇ ਨਾਲ ਵੀ ਐਵੇਂ ਹੋਇਆ ਜਾਂ ਤੁਹਾਡੇ ਸੁਣਨ ਦੇ ਵਿੱਚ ਬੜੀ ਵਾਰੀ ਆਇਆ ਹੋਵੇਗਾ, ਕਈ ਫਾਰਮਰਸ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਾਰਾ ਕੁਛ ਕਰਦੇ ਹਾਂ, ਮਿਨਰਲ ਮਿਕਸਚਰ ਦੇ ਦਿੰਦੇ ਹਾਂ, ਸਾਡੀ ਖੁਰਾਕ ਸਾਰੀ ਸਹੀ ਹੈ ਗਾਵਾਂ ਦੀ, ਪਰ ਫਿਰ ਵੀ ਸਾਡੀਆਂ ਜਿਹੜੀਆਂ ਗਾਵਾਂ ਨਾ ਉਹ ਰਿਪੀਟ ਬੜੀ ਜ਼ਿਆਦਾ ਕਰਦੀਆਂ ਨੇ। ਇਹ ਰਿਪੀਟ ਦੇ ਪਿੱਛੇ ਦਾ ਕੀ ਕਾਰਨ ਹੈ, ਇੰਨੀਆਂ ਗਾਵਾਂ ਰਿਪੀਟ ਕਿਉਂ ਕਰਦੀਆਂ ਨੇ ਜਦੋਂ ਤੁਹਾਨੂੰ ਲੱਗਦਾ ਕਿ ਸਾਰਾ ਕੁਛ ਸਹੀ ਹੈ? ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਬਾਰੇ ਦੇ ਵਿੱਚ ਗੱਲ ਕਰਾਂਗੇ। ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਪਸੰਦ ਆਏ ਕਿਤੇ ਲਾਈਕ ਕਰਨਾ ਨਾ ਭੁੱਲਿਆ ਕਰੋ, ਜੇ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਇੱਕ ਲਿੰਕ ਮੈਂ ਥੱਲੇ ਤੁਹਾਨੂੰ ਪੋਸਟ ਕਰਾਂਗੀ ਕਮੈਂਟ ਸੈਕਸ਼ਨ ਦੇ ਵਿੱਚ, ਉਹ ਲਿੰਕ ਤੁਸੀਂ ਚੈੱਕਆਊਟ ਕਰ ਸਕਦੇ ਹੋ। ਤੇ ਆਪਾਂ ਗੱਲ ਕਰਦੇ ਹਾਂ ਰਿਪੀਟ ਬਰੀਡਿੰਗ ਦੇ ਉੱਤੇ। ਰਿਪੀਟ ਬਰੀਡਿੰਗ ਖਾਸ ਕਰਕੇ ਉਦੋਂ ਜਦੋਂ ਸਾਨੂੰ ਲੱਗਦਾ ਕਿ ਸਾਰਾ ਕੁਛ ਸਹੀ ਹੈ, ਪਰ ਅਸਲ ਦੇ ਵਿੱਚ ਸਹੀ ਹੁੰਦਾ ਨਹੀਂ ਗਾ। ਸਾਨੂੰ ਲੱਗਣ ਨਾਲ ਤੇ ਹੋਣ ਦੇ ਨਾਲ ਬੜਾ, ਦੋਵਾਂ ਚੀਜ਼ਾਂ ਦੇ ਵਿੱਚ ਬੜਾ ਫਰਕ ਹੁੰਦਾ। ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰਾ ਕੁਛ ਕਰਤਾ, ਪਰ ਜਦੋਂ ਅਸੀਂ ਲੋੜ ਤੋਂ ਵੱਧ ਅਟੈਂਸ਼ਨ ਦੇਣ ਲੱਗ ਜਾਂਦੇ ਹਾਂ ਨਾ ਜਾਨਵਰਾਂ ਦੇ ਉੱਤੇ, ਜਾਂ ਅਸੀਂ ਖੁਰਾਕ ਦੇ ਉੱਤੇ ਬੜਾ ਜ਼ਿਆਦਾ ਜ਼ੋਰ ਲਾ ਦਿੰਦੇ ਹਾਂ, ਤੇ ਉਹਨੂੰ ਬੈਲੈਂਸ ਕਰਨ ਦਾ ਸਾਨੂੰ ਯਾਦ ਨਹੀਂ ਰਹਿੰਦਾ, ਤੇ ਉਦੋਂ ਰਿਪੀਟ ਬਰੀਡਿੰਗ ਦੀ ਜਿਹੜੀ ਪ੍ਰੋਬਲਮ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਰਿਪੀਟ ਬੜੀ ਜ਼ਿਆਦਾ ਘੜੀਆਂ ਗਾਵਾਂ ਰਿਪੀਟ ਕਰਦੀਆਂ ਪਈਆਂ ਨੇ, ਤੇ ਤੁਸੀਂ ਸਾਰਿਆਂ ਨੂੰ ਇੱਕ ਹੀ ਖੁਰਾਕ ਦੇ ਰਹੇ ਹੋ, ਇੱਕ ਖੁਰਾਕ ਵਾਲਾ ਬੈਚ ਤੁਹਾਡਾ ਜ਼ਿਆਦਾ ਰਿਪੀਟ ਕਰਦਾ ਪਿਆ, ਤੇ ਉਹਨਾਂ ਦਾ ਤੁਸੀਂ ਯੂਰੀਆ ਜ਼ਰੂਰ ਟੈਸਟ ਕਰਾ ਲਓ, ਬਲੱਡ ਯੂਰੀਆ ਨਾਈਟ੍ਰੋਜਨ। ਇਹ ਇੱਕ ਬੜੀ ਛੋਟੀ ਜਿਹੀ ਚੀਜ਼ ਹੈ, ਤੇ ਪਰ ਇਹਦਾ ਅਸਰ ਜਿਹੜੀ ਗਾਵਾਂ ਦੀ ਰਿਪੀਟ ਬਰੀਡਿੰਗ ਉੱਤੇ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਅਸਰ ਹੈ, ਤੁਸੀਂ ਮੰਨ ਕੇ ਚੱਲੋ। ਜੇ ਤੁਹਾਡੀਆਂ ਗਾਵਾਂ ਬੜੀਆਂ ਜ਼ਿਆਦਾ ਰਿਪੀਟ ਕਰਦੀਆਂ ਪਈਆਂ ਨਾ, ਉਹਨਾਂ ਵਿੱਚੋਂ ਇੱਕ ਦੋ ਦਾ ਵੀ ਤੁਸੀਂ ਸੈਂਪਲ ਟੈਸਟ ਕਰਾ ਲਓਗੇ ਨਾ, ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੀ ਗਾਵਾਂ ਦਾ ਜਿਹੜਾ ਬਲੱਡ ਯੂਰੀਆ ਨਾਈਟ੍ਰੋਜਨ ਹੈ, ਜਿਹਨੂੰ ਅਸੀਂ BUN ਕਹਿੰਦੇ ਹਾਂ, ਉਹ ਬੜਾ ਜ਼ਿਆਦਾ ਵਧਿਆ ਹੁੰਦਾ। ਜਦੋਂ ਵੀ ਯੂਰੀਆ ਦੀ ਮਾਤਰਾ ਗਾਂ ਦੇ ਸਰੀਰ ਦੇ ਵਿੱਚ ਵਧਣ ਲੱਗ ਜਾਂਦੀ ਹੈ, ਉਦੋਂ ਰਿਪੀਟ ਬਰੀਡਿੰਗ ਦੀ ਸਮੱਸਿਆ ਆਉਣਾ ਬੜੀ ਹੀ ਸੁਭਾਵਿਕ ਗੱਲ ਆ। ਯੂਰੀਆ ਵਧਣ ਦਾ ਸਭ ਤੋਂ ਜ਼ਿਆਦਾ ਵੱਡਾ ਕਾਰਨ ਹੁੰਦਾ ਜਿਹੜਾ ਪ੍ਰੋਟੀਨ ਤੁਸੀਂ ਗਾਵਾਂ ਨੂੰ ਖਵਾ ਰਹੇ ਹੋ, ਉਹ ਅਨਬੈਲੈਂਸਡ ਹੋਣਾ। ਪ੍ਰੋਟੀਨ ਦਾ ਤੇ ਕਾਰਬੋਹਾਈਡਰੇਟ ਦਾ ਇੱਕ ਵਧੀਆ ਬੈਲੈਂਸ ਫੀਡ ਦੇ ਵਿੱਚ ਹਮੇਸ਼ਾ ਹੋਣਾ ਚਾਹੀਦਾ। ਜੇ ਇਹ ਪ੍ਰੋਟੀਨ ਜ਼ਿਆਦਾ ਹੋਣ ਲੱਗ ਜੇ, ਤੇ ਫਿਰ ਬਲੱਡ ਯੂਰੀਆ ਨਾਈਟ੍ਰੋਜਨ ਜਿਹੜਾ ਹੈਗਾ ਉਹ ਵਧਣ ਲੱਗ ਜਾਂਦਾ, ਤੇ ਰਿਪੀਟ ਬਰੀਡਿੰਗ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਪਹਿਲਾ ਕਾਰਨ ਇਹ ਹੋ ਜਾਂਦਾ। ਦੂਜਾ ਜਿਹੜਾ ਕਾਰਨ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਉਹ ਹੁੰਦਾ ਹੈ ਜੀ ਲੁਕੀ ਹੋਈ ਜਿਹੜੀ ਯੂਟਰਸ ਦੀ ਇਨਫੈਕਸ਼ਨ ਹੁੰਦੀ ਹੈ। ਇੱਕ ਹੁੰਦੀ ਹੈ ਯੂਟਰਸ ਦੀ ਇਨਫੈਕਸ਼ਨ ਜੋ ਤੁਹਾਨੂੰ ਦਿਖਦੀ ਹੈ, ਮੰਨ ਲਓ ਤੁਹਾਡੀ ਗਾਂ ਜਿਹੜੀ ਹੈਗੀ ਉਹ ਪਸ ਵਾਲੇ ਡਿਸਚਾਰਜ ਕਰਦੀ ਪਈ ਹੈ, ਗੰਦੇ ਮੈਲੇ ਜਾਂ ਮਿੱਟੀ ਰੰਗ ਦੇ ਡਿਸਚਾਰਜ ਕਰਦੀ ਪਈ ਹੈ, ਦੁੱਧ ਵਾਲੇ ਰੰਗ ਦੇ ਮਿਲਕੀ ਕਲਰ ਦੇ ਡਿਸਚਾਰਜ ਕਰਦੀ ਪਈ ਹੈ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਗਾਂ ਨੂੰ ਯੂਟਰਸ ਦੀ ਇਨਫੈਕਸ਼ਨ ਹੁੰਦੀ ਹੈ। ਇੱਕ ਹੁੰਦੀ ਹੈ ਬੱਚੇਦਾਨੀ ਦੀ ਸਭ ਤੋਂ ਅੰਦਰ ਵਾਲੀ ਲੇਅਰ ਦੀ ਮੈਟਰਾਈਟਸ, ਐਂਡੋਮੈਟਰਾਈਟਸ, ਜਿਹੜੀ ਬਿਲਕੁਲ ਸਾਫ਼ ਡਿਸਚਾਰਜ ਹੁੰਦੇ ਨੇ, ਪਰ ਉਹਦੀ ਜਿਹੜੇ ਅੰਦਰ ਵਾਲੀ ਬੱਚੇਦਾਨੀ ਅੰਦਰ ਵਾਲੀ ਸਤਹ ਉਹਦੇ ਅੰਦਰ ਇਨਫੈਕਸ਼ਨ ਹੁੰਦੀ ਹੈ। ਇਹੋ ਜਿਹੀ ਇਨਫੈਕਸ਼ਨ ਨੂੰ ਤੁਸੀਂ ਕਵਰ ਕਰਨ ਵਾਸਤੇ ਤੁਸੀਂ ਮੈਟ੍ਰੀਸੈਫ ਵਗੈਰਾ ਦਾ ਇਸਤੇਮਾਲ ਕਰ ਸਕਦੇ ਹੋ, ਜਾਂ ਫਿਰ ਲੂਗੋਲ ਦਾ ਇਸਤੇਮਾਲ ਕਰ ਸਕਦੇ ਹੋ। ਇਹ ਜਿਹੜੀਆਂ ਦੋਵੇਂ ਦਵਾਈਆਂ ਨਾ, ਇਹ ਬੜੀਆਂ ਹੀ ਕਾਰਗਰ ਸਾਬਿਤ ਹੁੰਦੀਆਂ ਨੇ ਲੁਕੀ ਹੋਈ ਯੂਟਰਸ ਦੀ ਇਨਫੈਕਸ਼ਨ ਨੂੰ ਸਾਫ਼ ਕਰਨ ਵਾਸਤੇ, ਇੱਕ ਤੁਸੀਂ ਇਹ ਕਰ ਸਕਦੇ ਹੋ। ਇੱਕ ਹੋਰ ਗੱਲ ਹੋ ਜਾਂਦੀ ਹੈ, ਜਿਹੜੀਆਂ ਗਾਵਾਂ ਬੜੀ ਹੀ ਹਾਈ ਪ੍ਰੋਡਕਸ਼ਨ ਦੇ ਉੱਤੇ ਚੱਲਦੀਆਂ ਨੇ, ਜਾਂ ਜਿਹੜੇ ਮਿਨਰਲ ਮਿਕਸਚਰ ਘੱਟ ਪਾਉਂਦੇ ਨੇ, ਜਾਂ ਫਿਰ ਜਿਹੜੇ ਫਾਰਮਰਸ ਮਿਨਰਲ ਮਿਕਸਚਰ ਦੇ ਕੰਪੋਜੀਸ਼ਨ ਉੱਤੇ ਧਿਆਨ ਨਹੀਂ ਦਿੰਦੇ, ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਜੇ ਘੱਟ ਹੋਵੇ, ਮਿਨਰਲ ਮਿਕਸਚਰ ਦੇ ਵਿੱਚ ਜੇ ਕੈਲਸ਼ੀਅਮ ਦੀ ਮਾਤਰਾ ਘੱਟ ਹੋਵੇ, ਤਾਂ ਵੀ ਤੁਹਾਡੀ ਗਾਂ ਰਿਪੀਟ ਕਰਦੀ ਜਾਏ, ਇਹ ਮੰਨ ਕੇ ਚੱਲੋ ਤੁਸੀਂ।
ਕੈਲਸ਼ੀਅਮ ਦਾ ਬੜਾ ਵੱਡਾ ਰੋਲ ਹੁੰਦਾ ਬੱਚੇਦਾਨੀ ਦੀ ਹਰਕਤ ਦੇ ਵਿੱਚ, ਬੱਚੇਦਾਨੀ ਮਸਲ ਦੀ ਕੰਟਰੈਕਸ਼ਨ ਦੇ ਵਿੱਚ। ਜਦੋਂ ਤੱਕ ਬੱਚੇਦਾਨੀ ਦੀ ਟੋਨ ਨਹੀਂ ਵਧੇਗੀ ਉਦੋਂ ਤੱਕ ਉਹ ਪ੍ਰੈਗਨੈਂਟ ਨਹੀਂ ਹੋਵੇਗੀ, ਉਹਦੀ ਕੰਸੈਪਸ਼ਨ ਤੁਸੀਂ ਨਹੀਂ ਕਰਾ ਸਕਦੇ। ਤੇ ਆਹ ਤਿੰਨ ਜਿਹੜੇ ਮੇਨ ਕਾਰਨ ਹੈਗੇ ਆਮ ਤੌਰ ਤੇ ਤੁਹਾਡੇ ਕੋਲ ਛੁੱਟ ਜਾਂਦੇ ਨੇ, ਬਹੁਤੇ ਕਿਸਾਨ ਵੀਰਾਂ ਨੂੰ ਇਹਦਾ ਪਤਾ ਨਹੀਂ ਹੁੰਦਾ। ਜੇ ਤੁਹਾਨੂੰ ਇਹਦਾ ਨਹੀਂ ਸੀ ਪਤਾ ਤੇ ਥੱਲੇ ਕਮੈਂਟ ਵਿੱਚ ਜ਼ਰੂਰ ਦੱਸਿਓ। ਤੇ ਇਹ ਤਿੰਨੇ ਚੀਜ਼ਾਂ ਜੇ ਤੁਸੀਂ ਚੈੱਕ ਕਰਾ ਲੈਂਦੇ ਹੋ ਜਾਂ ਤੁਸੀਂ ਸਹੀ ਕਰ ਲੈਂਦੇ ਹੋ ਤੇ ਕਾਫੀ ਹੱਦ ਤੱਕ ਜੇ ਇਹਨਾਂ ਤਿੰਨਾਂ ਚੀਜ਼ਾਂ ਨਾਲ ਰਿਪੀਟ ਬਲੀਡਿੰਗ ਦੀ ਪ੍ਰੋਬਲਮ ਆਉਂਦੀ ਪਈ ਸੀ ਉਹ ਬੜੀ ਹੱਲ ਹੋ ਜਾਏਗੀ, ਤੁਹਾਡਾ ਬੜਾ ਸਾਰੀਆਂ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਏਗਾ। ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਕਿਉਂਕਿ ਇਹ ਤਿੰਨੇ ਕਾਰਨ ਆਮ ਤੌਰ ਤੇ ਬਹੁਤ ਸਾਰੀ ਵੀਡੀਓਸ ਵਿੱਚ ਵੀ ਦੱਸੇ ਨਹੀਂ ਜਾਂਦੇ। ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਆਪਾਂ ਕੱਲ੍ਹ ਨੂੰ ਮਿਲਾਂਗੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।